ਅਕਬਾਲ ਕੇ ਸਿੱਖਿਆ ਵਾ ਵਾ ਉੱਠ ਪੈ ਨੱਚਦੇ ਨੇ ਢੋਲਾ ਆਗ ਤਾਂ ਵੇਖਿਆ ਹਾਏ 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 ਅਸਲਾਮ ਅਲੈਕੁਮ, ਕਿਆ ਹਾਲ ਹੈ ਜੀ? ਠੀਕ ਹੋ? ਤਬੀਅਤ ਸਹੀ? ਠੀਕ ਹੈ। ਮੈਂ ਹਾਂ ਮੁਹੰਮਦ ਸ਼ਹਿਜ਼ਾਦ ਅਤੇ ਤੁਸੀਂ ਸਾਡੇ 'ਤੇ ਪਿਓ ਯੂਟਿਊਬ ਚੈਨਲ ਵੇਲਾ ਮੁੰਡਾ। ਜਨਾਬ, ਪਿੱਛੋਂ ਤੁਹਾਕੋ ਸ਼ੋਰ ਅਤੇ ਲੋਕਾਂ ਦਾ ਰਸ਼ ਅਤੇ ਉੱਠ ਨਜ਼ਰ ਆਉਂਦੇ ਪਿਓ ਸਨ। ਮਾਹੌਲ ਦੇਖੋ, ਪਿੱਛੋਂ ਸਾਰੇ ਇਲਾਕੇ ਦੇ ਵਿੱਚ ਵੱਧ ਇੱਕ ਮੇਲਾ ਆ ਗਏ। ਅੱਜ ਤੁਹਾਕੋ ਬਹੁਤ ਮਜ਼ੇ ਦੀ ਵੀਡੀਓ ਦਿਖਾਉਣ ਵਾਲੇ ਹੈ। ਅੱਜ ਦਾ ਮੇਲਾ ਇਹ ਸਾਡੇ ਇਲਾਕੇ ਦੇ ਵਿੱਚ ਇੱਕ ਦਰਬਾਰ ਹੈ, ਇੱਕ ਦਰਬਾਰ ਵਾਲਾ ਮੇਲਾ ਸਾਡੇ ਨੇ ਸਾਲ 'ਚ ਇੱਕ ਵਾਰੀ ਦੇ ਦਿੱਤੇ। ਅੱਜ ਇਹ ਉੱਠਾਂ ਦਾ ਮੇਲਾ ਅਤੇ ਸਵੇਰੇ ਅਸੀਂ ਕਬੱਡੀ ਦੋਦਾ, ਮਤਲਬ ਕਾਫੀ ਲੰਬਾ ਪ੍ਰੋਗਰਾਮ ਹੋ ਸੀ। ਅੱਜ ਤੁਹਾਕੋ ਉੱਠਾਂ ਦਾ ਮੇਲਾ ਦਿਖਾਏ ਨੇ। ਉੱਠ ਜਾਂ ਟੂ ਪਾਲਟੀਆਂ, ਇੱਕ ਪਾਲਟੀ ਇਹ ਜਿਹੜੇ ਉੱਠ ਨਜ਼ਰ ਆਉਂਦੇ ਪਹਿਲਾਂ ਪਿਛਲੀ ਸਾਈਡ ਤੋਂ, ਇਹ ਉੱਠ ਸਾਰੀ ਪਾਲਟੀ ਨਾਲ, ਮਤਲਬ ਮੈਂ ਈ ਪਾਲਟੀ ਨਾਲ ਹਾਂ। ਦੂਜੀ ਪਾਲਟੀ ਇਹ ਸਾਹਮਣੇ ਦੇਖੋ ਨਜ਼ਰ ਆਉਂਦਾ ਪੇਪਰਲੀ ਸਾਈਡ ਤੋਂ। ਦੂਜੀ ਪਾਲਟੀ ਦੂਜੀ ਸਾਈਡ ਤੋਂ ਹੈ। ਉੱਠਾਂ ਉਹਨਾਂ ਕੋਲ ਜੋਲ ਕੇ ਤੁਹਾਕੋ ਦਿਖਾਏ ਨੇ ਨਜ਼ਦੀਕ ਤੋਂ। ਉਹ ਪਾਰਟੀ ਅਤੇ ਸਾਰੀ ਪਾਰਟੀ ਦਾ ਮੁਕਾਬਲਾ ਹੋ ਸੀ ਅੱਜ। ਡੂ ਪਾਲਟਾਂ ਦਾ ਦੱਸਿਆ ਦੱਸਿਆ ਪਿਆ ਅਤੇ ਡੂ ਪਾਲਟਾਂ ਦਾ ਮੁਕਾਬਲਾ ਹੋ ਸੀ ਅਤੇ ਤੁਸਾਂ ਦੁਆ ਕਰੇ ਸਾਰੇ ਕਿਤੇ ਕਿ ਅੱਜ ਸਾਰੀ ਪਾਰਟੀ ਜਿੱਤੇ। ਉਹ ਪਤਾ ਲੱਗ ਸੀ ਸ਼ਾਮ ਟਾਈਮ ਤਕਰੀਬਨ 3-4 ਘੰਟਿਆਂ ਦੇ ਬਾਅਦ, ਤਕਰੀਬਨ 5:30 ਤਕਰੀਬਨ ਫਾਈਨਲ ਪਤਾ ਲੱਗ ਸੀ ਕਿ ਕਿਹੜੀ ਪਾਰਟੀ ਜਿੱਤੀ ਹੈ। ਇਹ ਪਾਰਟੀ ਆਪਣੇ ਜ਼ੋਰੋ ਖਰੋਸ਼ ਨਾਲ ਮੈਦਾਨ 'ਚ ਲੈ ਚੁੱਕੀ ਹੈ। ਦੂਜੀ ਪਾਰਟੀ ਵੀ ਆਪਣੇ ਉੱਥਾਂ ਜਗ੍ਹਾ 'ਤੇ ਖੜੀ ਥਈ, ਉਹ ਵੀ ਆਪਣੇ ਢੋਲ ਬਾਜੇ ਨਾਲ ਜੋਸ਼ੋ ਖਰੋਸ਼ ਨਾਲ ਝੁੰਮਰਾਂ ਮਰੇ ਦੇਖਣ, ਤਾੜੀਆਂ ਮਰੇ ਦੇਖਣ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਚੈਨਲ ਕੋ ਸਬਸਕ੍ਰਾਈਬ ਕਰਕੇ ਨਾਲ ਤੁਹਾਨੂੰ ਸ਼ੁਰੂ ਕਰਨੇ ਵੀਡੀਓ। ਇੱਕ ਇਹ ਪਾਰਟੀ ਹੈ, ਇਹਦਾ ਮੁਕਾਬਲਾ ਹੋ ਸੀ ਅਤੇ ਬਾਈ ਪਾਰਟੀ ਉਹ ਖੜੀ ਹੈ ਥਈ। ਮਾਸ਼ਾ ਅੱਲਾ, ਸੋਹਣੇ ਸੋਹਣੇ ਉੱਠਣ ਜਨਾਬ, ਅੱਲਾ ਇਹਨਾਂ ਦੀ ਹਯਾਤੀ ਰੱਖੇ। ਇਹ ਉੱਠਾਂ ਦੀ ਪਾਰਟੀ ਬੜੀ ਖੁਸ਼ੀ ਨਾਲ ਮੈਦਾਨ 'ਚ ਲਾਉਂਦੇ ਪੈਣ ਜੋਸ਼ੋ ਖਰੋਸ਼ ਨਾਲ। ਇਨਾਮ ਭੇਜੋ ਠੇ ਸਾਰਾ ਪਾਰਟੀ ਬਹੁਤ ਵੱਡੀ, ਤੁਸੀਂ ਜਿੱਤੋ ਤਾਂ ਸਹੀ ਇਨਾਮ ਤੁਹਾਨੂੰ ਦੇਸੋ। ਹਾਂ, ਤੁਸੀਂ ਜਿੱਤੋ ਤੁਹਾਨੂੰ ਇਨਾਮ ਦੇਸੋ। ਪਾਰਟੀ ਨਾਲ ਅਸਾਂ ਹੈ ਸਾਡੇ ਜਿਹੜੀਆਂ ਦਿਲ ਦੀਆਂ ਮੁਹੱਬਤਾਂ ਉਹ ਈ ਪਾਰਟੀ ਨਾਲ ਹਨ, ਕਿਉਂਕਿ ਈ ਪਾਰਟੀ ਦੇ ਵਿੱਚ ਮੇਰੇ ਵਾਲਦ ਸਾਹਿਬ ਦਾ ਉੱਠ ਵੀ ਹੈ ਪਿਆ। ਈ ਮੇਲੇ ਦੇ ਵਿੱਚ ਤੁਹਾਨੂੰ ਵੱਡੇ ਵੱਡੇ ਬੁੱਢੇ ਅਤੇ ਪੁਰਾਣੇ ਬੰਦੇ ਨਜ਼ਰ ਆਉਂਦੇ ਨੇ ਮੇਲੇ ਦੇ ਵਿੱਚ, ਤੁਹਾਨੂੰ ਮਜ਼ਾ ਆਉਂਦੇ। ਇਹ ਮੇਲਾ ਪੁਰਾਣੇ ਅੰਦਾਜ਼ ਦਾ ਆਉਂਦਾ, ਪੁਰਾਣੇ ਬੁੱਢੜੇ ਬੰਦੇ ਜਿਵੇਂ ਪੁਰਾਣੇ ਦੌਰੇ 'ਚ ਮੇਲਾ ਰੱਖਿਆ ਨੇ ਸਾਰੇ ਗਾਉਂ ਦੇ ਵਿੱਚ, ਹਾਲੇ ਉਹ ਪੁਰਾਣੀ ਯਾਦਾਂ ਤਾਜ਼ਾ ਥੀ ਵੇਨ ਜਲੀ ਮੇਂ ਦਾ ਮੇਲਾ ਦੇ ਦੇ। ਇਹ ਪੁਰਾਣੇ ਬੁੱਢੜੇ ਬੁੱਢੇ ਬੰਦੇ ਈ ਮੇਲੇ ਦੇ ਔਰਗਨਾਈਜ਼ਰ ਹਨ। ਤਾਂ ਹੁਣ ਦੂਜੀ ਪਾਰਟੀ ਦਿਖਾਏ ਨੇ, ਜਿਹੜੀ ਪਾਰਟੀ ਨਾਲ ਸਾਡਾ ਮੁਕਾਬਲਾ ਹੈ। ਹੁਣ ਤੁਹਾਨੂੰ ਚਾਸਾ ਸੀ ਦੂਜੀ ਪਾਰਟੀ ਦੇਖ ਇਹ ਸਾਹਮਣੇ ਬੈਠੇ ਤਾਂ ਕਮੈਂਟਰੀ ਬਾਕਸ ਵਾਲੇ ਮੂਵੀ ਮੇਕਰ ਵਾਲਾ ਤੇਰੀ ਜ਼ਿੰਦਗੀ ਦਰਾਜ ਕਰੇ ਸ਼ੇਰ ਸੁਣਵਾਓ ਚੱਕ ਸਾਰੀ ਫਰਮਾਇਸ਼ ਤੇ ਤੁਹਾਨੂੰ ਦੁਨੀਆ ਨੇ ਦੀ ਦੀ ਕੱਚ ਹੋਵੇ ਸੋਹਣਾ ਸੰਗਾ ਫਿਰਾ ਹੋਵੇ ਬੜੇ ਸ਼ੌਕੀਨ ਹਨ ਅਤੇ ਤੁਸੀਂ ਦੁਆ ਕਰੇ ਸੋ ਕਿ ਸਾਰੀ ਪਾਰਟੀ ਜਿੱਤੇ ਅਤੇ ਇਹ ਪਾਰਟੀ ਹਰੇ।
बाकी ई चीज का फैसला तकरीबन 2-3 घंटे बाद ही सी केड़ी पार्टी जीती है ते केड़ी पार्टी हारी है। तो सा मैं को कमेंट लाजमी दसेसो के थवाजा दिल जा मोहब्बत ओ कहंदे नाल सारे नाल या सारे मुखालिफ पार्टी नाल। हर पार्टी जेले मैदान चलांदी है ता पूरे मैदान दे चारों तरफा चक्कर ला के पूरी आवाम को उठ अपने अपने दिखा के ढोल नाल झूमर ताड़ी शोर शराबे नाल। अस्सलाम वालेकुम दादा जी। अस्सलाम वालेकुम। पहचाने वे? चस चवावणी माहौल दी जो हां मजा वने उठ अधा अधा चस चवेसन उठ ते अधी चस चवावणी तए हां माहौल बणावे आज तो ए वे जनाब बीन आले शरनाई है तो शरनाई ए वे लाला शरनाई ए लाला बीन आला ते ए लाला ढोल आला इने त माहौल बणावणे लोका को चस चवावणी है झुमर होसी ताड़ी होसी गावण गावण होसन। मेला स्टार्ट करण तो पहले मतलब पहले क्यों ना आया बंदे दा पुत्र बण मेला स्टार्ट करण तो जल्दी आ यार चुप कर मेला स्टार्ट करण तो जिमें के असूल होंगे कि जेड़ा मर्जी काम करो उन तो पहले अल्लाह पाक का ना गिनना लाजमी होंगे। दादा ना सुनवा पवे तो कमेंट लाजमी दसे सो दादे की आवाज तो कि लगी है सुनाओ दादा नाथ नाम देने वाला दुखियां दा आसरा है माशाल्लाह नाम देने वाला दुखियां दा आसरा है सोहने दा नाम सोहना सोहने माशाल्लाह सोहना सोहना सोहने दा नाम सोहना जो आप कोलो भर दें दे आप झोले मंगता जो आप कोलो भर दें दे आप झोले दर दर ते ओ नी मंगता दर दर ते ओ नी मंगता मंगता दर दर ते ओ नी मंगता सोने दा जो गदाए माशाल्लाह सोना मदीने वाला दुखियां दा आसरा ई पार्टी नाल मेरे मोहब्बतन ए पार्टी सारी मुखालिफ पार्टी है। दुआ पढ़ते पैन दुआ दे बाद मेला स्टार्ट थे से आमीन। اللهم صل على سيدنا محمد وعلى آل محمد وبارك وسلم وسلم عليه برحمتك يا ارحم الراحمين لا اله الا الله محمد رسول الله نابے پہلا اٹھ کیندی پارٹی دائی ساری پارٹی دائی یا انہاں دی پارٹی دائی ساری پارٹی دائی ٹھیک ہے مطلب اے جڑا اٹھ بیندا پے اے ساری پارٹی دائی ماشاءاللہ جاجا ماشاءاللہ ماشاءاللہ توے پارٹیاں ڈول وجے نیا پے ਉਠਾ ਦੇ ਤੇ ਨੱਚਦਾ ਪਏ ਜੀਓ ਆਹਾ ਆਹਾ ਹਾਏ 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 ਜੀਓ ਜੀਓ ਆਹਾ 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 ਇਹ ਸਾਡੀ ਪਾਰਟੀ ਦੇ ਢੋਲ ਵੀ ਨਾਲ ਹੀ ਇਹਨਾਂ ਦਾ ਤੱਕ ਸੁਣਵੇਂ ਨੇ Thank you.
ਨਾ ਮਿਲਿਆ ਕਰ। ਵਾਹ ਸਹੀਂ ਵਾਹ, ਵਾਹ ਸਹੀਂ ਵਾਹ। ਮੈਂ ਵੀਡੀਓ ਬਣਾਉਂਦਾ ਵਧਾਮੀ ਤੇ ਇਹ ਮੇਰਾ ਇੱਕ YouTube ਫੈਨ ਮੈਂ ਕੋ ਆ ਕੇ ਮਿਲਿਆ। ਤੁਸੀਂ ਕਿੱਥੋਂ ਹੁੰਦੇ ਆਵੇ? ਇਹ ਦੁਬਈ ਚ ਕੰਮ ਕਰੇ ਨਾ ਦਿਨ ਦੁਬਈ ਚ ਅਸਾਂ ਤਾਂ ਜਾ ਵੀਡੀਓ ਲੈਂਦੇ ਆਸੇ ਤੇ ਇਨਸ਼ਾਅੱਲਾ ਹੁਣ ਨੈਕਸਟ ਟਾਈਮ ਹੀ ਨਵੇਂ ਨਵੇਂ ਵੀਡੀਓ ਤੁਹਾਨੂੰ ਦੇ ਰਾਸ। ਮੇਲਾ ਚੱਲਦਾ ਪਿਆ ਸੀ ਤੇ ਮੇਲੇ ਦੇ ਦੌਰਾਨ ਢੋਲ ਸ਼ਰਨਾਈ ਤਾਂ ਬੈਠੇ, ਲੇਕਿਨ ਬੀਨ ਵਾਲਾ ਸਾਈਡ ਤੇ ਬੈਠੇ ਉਹਨੇ ਪੁੱਛਦੇ ਵੀ ਤੂੰ ਸਾਈਡ ਤੇ ਕਿਉਂ ਆ ਗਏ? ਕੋਲ ਇੱਥੇ ਕੈਮਰਾ ਚਾਹੀਦਾ ਤੋਰਾ ਫਜਾ ਆਉਂਦਾ ਨਾ, ਤੂੰ ਮੈਂ ਕੋਈ ਇਹ ਦੱਸ ਬਈ ਮੇਲਾ ਇਡੇ ਚੱਲਦਾ ਪਿਆ, ਤੂੰ ਕੱਲ ਆਈਡੇ ਬਹਿ ਕੇ ਕਹਣਾ ਕਿ ਕਿਆ ਕਰਨਾ ਬੈਠਾ? ਨਹੀਂ ਫੋਨ ਕਹਿੰਦਾ ਆ ਗਿਆ, ਇਹਦਾ ਜ਼ਰੂਰੀ ਫੋਨ ਆਈ? ਫੋਨ ਨਹੀਂ, ਨਹੀਂ ਨਹੀਂ, ਚਾਚੀ ਦਾ ਫੋਨ ਤਾਂ ਨਹੀਂ? ਹਾਂ ਸਮਝਦਾ। ਹਾਏ ਅੱਛਾ, ਚਾਚੀ ਦਾ ਫੋਨ ਇਹਦਾ ਜੀ, ਮੇਲਾ ਛੋੜ ਕੇ ਜਵਾਨ ਦਾ ਪੁੱਤ ਕਣਾ ਕੇ ਬੈਠਾ ਇੱਥੇ ਆਈ ਤਾਂ ਬਾਈ ਉੱਠ ਤਿਆਰ ਥੀਂਦੇ ਪੈਣ, ਉੱਠਾਂ ਕੋ ਨੱਥਾ ਛੱਥਾ ਲੱਗ ਜਾ ਪੈਣ। ਇਹ ਸਾਹਮਣੇ ਵਾਲਾ ਚਾਚਾ ਹੀ ਵੇ ਜਨਾਬ ਮੇਲਾ ਮਾਲਕ, ਹੱਥ ਖੜੇ ਕਰ ਚਾਚਾ, ਹੱਥ ਖੜੇ ਕਰ। ਆਵਾਮ ਦੇ ਪਿਓ ਬਹਿ ਕੇ ਤੇ ਮੇਲਾ ਇੰਜੋਏ ਕਰਨ ਦੀ ਬੇ ਮਾਹੌਲ, ਗਾਉਂ ਦੇ ਜਿਤਨੇ ਲੋਕ ਹੈ ਤੁਸੀਂ ਦੇਖ ਸਕਦੇ ਹੋ, ਸਾਰਾ ਗਾਉਂ ਇਕੱਠੇ, ਗਾਉਂ ਦੇ ਮੇਰੇ ਗਾਉਂ ਦੇ ਨਾਲ ਨਾਲ ਦੇ ਗਾਉਂ ਜਿਹੜੇ ਨਜ਼ਦੀਕ ਗਾਉਂ ਹਨ ਉਹਨਾਂ ਦੇ ਵਿੱਚ ਵੀ ਆਵਾਮ ਡਿੱਗ ਸਾਰੀ ਆਈ ਹੋਈ ਹੈ। ਦੇਖ ਸਕਦੇ ਹੋ ਕਿਤਨਾ ਵੱਡਾ ਪਿੰਡਾਲ ਹੈ, ਆਵਾਮ ਹਰ ਪਾਸੋਂ ਆਵਾਮ। ਮਾਸ਼ਾਅੱਲਾ
ਕੁਐਸਚਨ ਤੇ ਜਿਹੜੇ ਪਰਲੀ ਸਾਈਡ ਵਾਲੇ ਦਾ ਮੂੰਹ ਬਣਿਆ ਖੜਾ ਹੈ ਫਿਲਹਾਲ ਸਾਈਡ ਵਾਲੇ ਦਾ ਪਲੜਾ ਮਾਰੀ ਹੈ ਤੇ ਸਾਰੀ ਸਾਈਡ ਵਾਲੇ ਉੱਠ ਫਿਲਹਾਲ ਜਿੱਤਦੇ ਪਏ ਦਾਦਾ ਜੀ ਹੱਥ ਚੋ ਆਹਾ ਬੁੱਢੜੇ ਬੁੱਢੜੇ ਬੰਦੇ ਬੜੇ ਖੁਸ਼ ਹਨ ਕਿ ਸਾਰੀ ਸਾਈਡ ਦੇ ਉੱਠ ਜਿੱਤਦੇ ਪਏ ਮਾਸ਼ਾਅੱਲਾ ਚਾਚੂ ਮੁਬਾਰਕ ਇਹ ਜਿਹੜਾ ਉਠਾਉਂਦਾ ਪਿਆ ਇਹ ਸਾਰੀ ਮੁਖਾਲਫ ਪਾਰਟੀ ਦੇ ਪਹਿਲੇ ਨਾਲ ਉੱਠ ਸਾਡਾ ਆਈ ਉਹ ਬਹੁਤ ਅੱਛਾ ਨੱਚ ਗਿਆ ਹੁਣ ਇਹਦਾ ਤੁਸੀਂ ਮੁਬਾਰਕਾਂ ਸਹੀ ਮੁਬਾਰਕਾਂ ਬਹੁਤ ਬਹੁਤ ਅੱਛਾ ਉੱਠ ਰਿਹਾ ਸਾਡਾ ਮਾਸ਼ਾਅੱਲਾ ਇਹ ਸਵਾਰ ਹੀ ਵੇ ਜਨਾਬ ਬਹੁਤ ਮਸ਼ਹੂਰ ਹੈ ਸਾਡੇ ਇਲਾਕੇ ਦਾ ਇਹ ਉੱਠੀ ਵੇ ਜਨਾਬ ਸਾਡੇ ਮੁਖਾਲਫ ਸਾਈਡ ਦਾ ਮਾਸ਼ਾਅੱਲਾ ਇਹ ਵੀ ਚੰਗਾ ਟੁਰਦਾ ਪਿਆ ਲੇਕਿਨ ਸਾਡੇ ਵਾਲੇ ਉੱਠਣੇ ਢੀਲਾ ਟੁਰਦਾ ਪਿਆ ਹੁਣ ਇਹ ਉੱਠ ਦੇ ਮੁਕਾਬਲੇ ਸਾਡਾ ਉੱਠਾ ਸੀ ਤੋਂ ਬਾਅਦ ਦਾਦਾ ਇਹ ਉੱਠ ਕਹਿੰਦੇ ਇਹ ਉੱਠ ਕਹਿੰਦੇ ਘਟਿਆਂ ਦਾ ਅੱਛਾ ਅੱਛਾ ਮਾਸ਼ਾਅੱਲਾ ਚੰਗਾ ਟੁਰਦਾ ਪਿਆ ਖੁਦ ਇਨਸਾਫ ਕਰਨੇ ਵੇ ਇਹ ਜਿਹੜੀ ਸਾਡੀ ਮੁਖਾਲਫ ਪਾਰਟੀ ਆਪਣੇ ਜੋਸ਼ੋ ਖਰੋਸ਼ ਨਾਲ ਆਪਣੇ ਉੱਠਦਾ ਉੱਠ ਵੀ ਇਨਾਮ ਦੇਣ ਦੀ ਪਈ ਮੈਂ ਕਿ ਜਿਹੜਾ ਸਾਰਾ ਪਹਿਲੇ ਜੀ ਇਹ ਸਾਹਮਣੇ ਬੈਠੇ ਤਾਂ ਮੇਲਾ ਮਾਲਕ ਹੁਣ ਜਨਾਬ ਫਾਈਨਲੀ ਉੱਠ ਜਿਹੜਾ ਚੜਿਆਲਾ ਉੱਠੇ ਸਾਡੀ ਟੀਮ ਦਾ ਉਹ ਉੱਠ ਦੇ ਉੱਤੇ ਗੁਹਾਂਡ ਰੱਖਦੇ ਪੈਣ ਇਹ ਉੱਠ ਫਾਈਨਲ ਉੱਠੇ ਇਹੀ ਉੱਠ ਤੋਂ ਪਤਾ ਲੱਗ ਸੀ ਕਿ ਸਾਡੀ ਟੀਮ ਜਿੱਤੀ ਹੈ ਜਾਂ ਹਾਰੀ ਹੈ ਉਹ ਵੀ ਆਪਣਾ ਫਾਈਨਲੀ ਉੱਠ ਤਿਆਰ ਕਰਦੇ ਪੈਣ ਜਿਹੜਾ ਚੜਿਆਲਾ ਫਾਈਨਲ ਉਠਾਉਂਦਾ ਪਿਆ ਉਹ ਈ ਦਾਦੇ ਜੀ ਦੇ ਦਾਦਾ ਜੀ ਸਾਰੇ ਮੁਹੱਬਤਾਂ ਤੁਹਾਡੇ ਨਾਲ ਹਨ ਸਾਰੇ ਦੁਆਵਾਂ ਤੁਹਾਡੇ ਨਾਲ ਹਨ ਸਾਡੀ ਕੋਸ਼ਿਸ਼ ਹੈ ਕਿ ਸਾਡਾ ਉੱਠ ਜਿੱਤੇ ਇਨਸ਼ਾਅੱਲਾ ਇਨਸ਼ਾਅੱਲਾ ਨਿਸ਼ਾਰੀ ਸਾਹਿਬ ਸਾਰੇ ਦੁਆਵਾਂ ਤੁਹਾਡੇ ਨਾਲ ਹਨ ਫਾਈਨਲੀ ਜਨਾਬ ਹੁਣ ਮੇਲੇ ਦਾ ਐਂਡ ਥੀ ਵੇ ਸੀ ਡੂ ਸਾਡੇ ਫਾਈਨਲ ਉੱਠੋ ਸਨ ਅਤੇ ਡੂ ਉਹਨਾਂ ਦੇ ਦੁਆਏ ਉੱਠ ਚੜੀ ਹੋਏ ਹੋ ਸਨ ਮਤਲਬ ਜਿਹੜੇ ਸਵਾਰ ਹੋ ਸਨ ਦੁਆਏ ਉੱਠਾਂ ਦੇ ਉੱਤੇ ਬਾਸਨ ਡੂ ਉੱਠ ਉਹਨਾਂ ਦੇ ਅਤੇ ਡੂ ਸਾਡੇ ਇੱਥੇ ਹੀ ਮੇਲੇ ਦਾ ਪਤਾ ਲੱਗ ਪਏ ਮੇਲਾ ਕਿਹੜਾ ਬੰਦਾ ਜਿੱਤਦਾ ਅਤੇ ਤੁਸੀਂ ਦੁਆ ਕਰੀ ਜੋ ਕਿ ਅਸਾਂ ਜਿੱਤੂ ਫਾਈਨਲੀ ਜਨਾਬ ਸਾਡੀ ਮੁਖਾਲਫ ਟੀਮ ਦਾ ਸਵਾਰ ਉੱਠ ਤੇ ਬਹਿ ਗਏ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਉੱਠੀ ਵੇ ਜਨਾਬ ਸਾਡੀ ਮੁਖਾਲਫ ਟੀਮ ਦਾ ਆਵਾਮ ਸਾਰੀ ਬੇਤਾਬ ਹੈ ਅਤੇ ਬੇਤਾਬੀ ਨਾਲ ਇੰਤਜ਼ਾਰ ਕਰਦੇ ਪੈਣ ਆਦਨ ਦੇਖੋ ਕਿਹੜਾ ਉੱਠ ਜਿੱਤਦਾ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ 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 ਇਹ ਜਿਹੜਾ ਉੱਠ ਹੈ ਤੁਹਾਨੂੰ ਮੈਂ ਪਹਿਲੇ ਦੱਸਿਆ ਇਹ ਸਾਡੀ ਮੁਖਾਲਫ ਟੀਮ ਦਾ ਹੁਣ ਇਹਨਾਂ ਦੇ ਮੁਕਾਬਲੇ ਦੇ ਵਿੱਚ ਸਾਰਾ ਉੱਠਾਉਂਦਾ ਪਏ ਇਹ ਜਨਾਬ ਸਾਰਾ ਲੋਠਾਉਂਦਾ ਪਵੇ ਇਹ ਸਾਰੀ ਟੀਮ ਦਾ ਹੀ ਵੇ ਫੈਸਲਾ ਤੁਸਾਂ ਕਰਨਾ ਹੈ ਹਾਏ ਹਾਏ
ਫੈਸਲਾ ਤੁਸੀਂ ਆਪਣੇ ਅੱਖੀ ਨਾਲ ਕਰਨਾ ਵੇ। ਮਾਸ਼ਾਅੱਲਾ ਮਾਸ਼ਾਅੱਲਾ ਹਯਾਤੀ 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 ਫੈਸਲਾ ਦੇਖਣ ਵਾਲੇ ਕਰੇ ਸਨ। ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਹੁਣ ਜਨਾਬ ਲਾਸਟ ਫਾਈਨਲ ਉਠਾਂ ਦੇ ਪੈਣ ਇੱਕ ਉਹਨਾਂ ਦਾ ਇੱਕ ਸਾਡਾ ਇਹ ਉੱਠੀ ਵੇ ਜਨਾਬ ਸਾਡੀ ਮੁਖਾਲਿਫ ਟੀਮ ਦਾ ਇਹਦੇ ਪਿਓ ਆਵਾਮ ਬੇਤਾਬ ਦੇ ਖੜੀ ਹੈ। ਇਹ ਸਾਡੀ ਮੁਖਾਲਿਫ ਟੀਮ ਦਾ ਹੀ ਵੇ ਜਨਾਬ ਫਾਈਨਲ ਉੱਠ ਸਾਡੀ ਮੁਖਾਲਿਫ ਟੀਮ ਦਾ ਫਾਈਨਲ ਉੱਠੀ ਵੇ ਮਾਸ਼ਾਅੱਲਾ ਮਾਸ਼ਾਅੱਲਾ ਹੁਣ ਜਨਾਬ ਸਾਡੀ ਟੀਮ ਦਾ ਫਾਈਨਲ ਉੱਠਾਂ ਦਾ ਪੈ ਵੇ। ਸਾਰੀਆਂ ਉਮੀਦਾਂ ਕੀ ਉੱਠ ਦੇ ਉੱਤੇ ਲੱਗੀਆਂ ਹੋਈਆਂ ਅਤੇ ਜੇ ਤਾਂ ਇਹ ਉੱਠ ਸਾ ਕੋਈ ਜਿੱਤ ਵੈਂਦਾ ਜਾਂ ਹਰ ਵੈਂਦਾ ਤੁਸੀਂ ਸਾਰੇ ਵਾਸਤੇ ਦੁਆ ਜ਼ਰੂਰ ਕਰੇ ਤੋ। ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਵੇ ਜਨਾਬ ਸਾਡੀ ਟੀਮ ਦਾ ਫਾਈਨਲ ਉੱਠ ਲਾਸਟ ਉੱਠ ਲਾਸਟ ਉੱਠ ਹੈ ਪੂਰੇ ਮੇਲੇ ਦਾ। ਖੈਰ ਹੋਵੇ ਮਾਸ਼ਾਅੱਲਾ ਜੀ ਤੁਸੀਂ ਸਾਰਿਆਂ ਦੀਆਂ ਦੁਆਵਾਂ ਨਾਲ ਸਾਡਾ ਉੱਠ ਖੈਰੀ ਸਾਲਾਂ ਨਾਲ ਜਿੱਤ ਗਏ। ਸਾਡੀ ਆਵਾਮ ਦਾ ਜੋਸ਼ੋ ਖਰੋਸ਼ ਡਿਠਾ ਹੋਵੇ ਸਾਡੀ ਟੀਮ ਜਿਹੜੀ ਨਾ ਇਤਨੇ ਸ਼ੌਕ ਨਾਲ ਇਤਨੇ ਜੋਸ਼ ਨਾਲ ਝੁੰਮਰ ਮਰੀ ਦਰੀਏ। ਹੁਣ ਤੁਸੀਂ ਪਿੰਡਾਂ ਦੇ ਦੇਖ ਕੇ ਸਾਰੀ ਧੂੜੇ ਬੰਦੇ ਨਜ਼ਰ ਨਹੀਂ ਆਉਂਦੇ ਧੂੜੇ ਮੇਰੀ ਹਾਲਤ ਇਹ ਦੇਖ ਰਹੇ ਸਾਰੇ ਕੰਜਾਂ 'ਤੇ ਸਾਰੇ ਵਾਲਾਂ 'ਤੇ ਸਾਰੇ ਐਸਾ ਧੂੜ ਨਾਲ ਬੋਲੂ ਬੜਿਆ ਖੜਿਆ।
ਤੇ ਬਹੁਤ ਖੁਸ਼ੀ ਥਈ ਅਸਾਂ ਕੋ ਸਾਡੇ ਉੱਠ ਜਿੱਤੇ ਨੇ ਕਿਉਂਕਿ ਬਹੁਤ ਟੱਸਰ ਦੀ ਤਾਂ ਲੱਗੀ ਹੋਈ ਆਈ ਤੇ ਉਮੀਦ ਕਰੇ ਸੋ ਨੈਕਸਟ ਟਾਈਮ ਤੁਹਾਡੀਆਂ ਦੁਆਵਾਂ ਮੈਂ ਸਾਡੇ ਨਾਲ ਰਾਸਨ ਤੇ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਸੀ ਅਗਰ ਸਾਡੀ ਵੀਡੀਓ ਅੱਛੀ ਲੱਗੀ ਹੈ ਤਾਂ ਸਾਰੇ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੇ ਸੋ ਤੇ ਮਿਲ ਸੋ ਇਨਸ਼ਾਅੱਲਾ ਨਵੀਂ ਵੀਡੀਓ ਨਾਲ ਤਬ ਤੱਕ ਕੇ ਲੀਏ ਅੱਲਾ ਹਾਫਿਜ਼।